ਨਮਸਤੇ ਮਾਤਾ ਜੀ। ਨਮਸਤੇ ਜੀ। ਮਾਤਾ ਜੀ, ਅਸੀਂ ਨਾ ਕੰਜਕਾਂ ਬਿਠਾਣੀਆਂ ਨੇ, ਨਾ ਤੁਹਾਡੇ ਘਰ ਛੋਟੀ ਲੜਕੀ ਬੱਚੀ ਹੈ ਕੋਈ? ਨਹੀਂ, ਮੇਰੀ ਕੁੜੀਆਂ ਬਹੁਤ ਵੱਡੀਆਂ ਹੋ ਚੁੱਕੀਆਂ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਕੰਜਕਾਂ ਬਿਠਾਣੀਆਂ, ਤੁਹਾਡੇ ਘਰ ਛੋਟੀਆਂ ਲੜਕੀਆਂ ਛੋਟੇ ਬੱਚੇ ਹੈਗੇ ਨੇ? ਨਹੀਂ ਬੇਟਾ, ਮੇਰੇ ਤੇ ਪੋਤਰੇ ਨੇ, ਉਹ ਸਕੂਲ ਚਲੇ ਗਏ। ਰੇਖਾ ਬੇ, ਪ੍ਰਸ਼ਾਦ ਤਿਆਰ ਹੋ ਗਿਆ? ਹਾਂਜੀ ਹਾਂਜੀ, ਹੋ ਗਿਆ ਪ੍ਰਸ਼ਾਦ ਤੇ ਤਿਆਰ ਹੋ ਗਿਆ। ਤੁਸੀਂ ਜਾ ਕੇ ਕੰਜਕਾਂ ਦਾ ਇੰਤਜ਼ਾਮ ਕਰੋ। ਯਾਰ ਇਹ ਬੜਾ ਚੱਕਰ, ਮੈਂ ਨਾ ਫੋਨ ਕਰਦਾ। ਹਾਂਜੀ ਰਾਮ ਰਾਜ ਜੀ, ਜੈ ਮਾਤਾ ਜੀ। ਸਾਡੇ ਘਰ ਕੰਜਕਾਂ ਨੇ, ਜਰਾ ਉਹ ਬੇਟੀਆਂ ਨੂੰ ਭੇਜ ਦਿਓਗੇ ਜਰਾ? ਹੈ ਨੀ? ਅੱਛਾ, ਹੈਲੋ, ਜੈ ਮਾਤਾ ਦੀ। ਹਾਂਜੀ ਕੇਵਲ ਜੀ, ਸਾਡੇ ਘਰ ਕੰਜਕਾਂ ਨੇ ਬੇਟੀ। ਅੱਛਾ, ਨਹੀਂ ਨਹੀਂ, ਉਹ ਮੈਂ ਦੋ ਤਿੰਨ ਜਗ੍ਹਾ ਪਤਾ ਕੀਤਾ ਵੀ ਨਹੀਂ ਗੱਲ ਬਣਦੀ। ਭਲਾ ਟੈਲੀਫੋਨ ਤੇ ਵੀ ਕੰਜਕਾਂ ਆਉਂਦੀਆਂ ਨੇ? ਜਾਓ ਜਾ ਕੇ ਉੱਥੋਂ ਆਪ ਹੀ ਲੈ ਕੇ ਆਓ। ਬੇ ਮੈਂ ਦੋ ਘਰ ਚ ਹੋ ਕੇ ਆਇਆ, ਗੇਟ ਖੜਕਾਇਆ, ਸਾਰਿਆਂ ਨੇ ਕਿਹਾ ਲੜਕੀਆਂ ਹੈ ਹੀ ਨਹੀਂ, ਮੈਂ ਕੀ ਕਰਾਂ ਦੱਸੋ? ਤੁਸੀਂ ਏਦਾਂ ਕਰੋ, ਅਰੋੜਾ ਜੀ ਦੇ ਘਰ ਜਾਓ। ਅੱਛਾ, ਉਹ ਪੱਕਾ ਤੁਹਾਡੀ ਪੂਰੀ ਮਦਦ ਕਰਨਗੇ। ਇਹ ਗੱਲ ਠੀਕ ਹੈ ਤੇਰੀ, ਹੈ ਅਰੋੜਾ ਜੀ ਵੱਲ ਜਾ ਗਿਆ ਨਾ ਮੈਂ। ਠੀਕ ਹੈ। ਜੈ ਮਾਤਾ ਦੀ, ਜੈ ਮਾਤਾ ਦੀ। ਅਰੋੜਾ ਜੀ ਘਰ ਹੀ ਹੋ? ਹਾਂਜੀ ਹਾਂਜੀ ਸ਼ਰਮਾ ਜੀ, ਲੰਘ ਆਓ, ਆਜੋ ਆਜੋ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਬੈਠੋ ਬੈਠੋ। ਐ ਬੜੀ ਮਿਹਰਬਾਨੀ ਤੁਹਾਡੀ। ਹੋਰ ਦੱਸੋ ਕੀ ਸੇਵਾ ਕਰੀਏ ਤੁਹਾਡੀ? ਸੇਵਾ ਅਰੋੜਾ ਜੀ ਇੱਕੋ ਹੀ ਹੈ ਕਿ ਹੈ ਤਾਂ ਗੁਸਤਾਖੀ, ਮੇਰੀ ਵਾਈਫ ਨੇ ਨਾ ਅੱਜ ਕੰਜਕਾਂ ਰੱਖੀਆਂ ਨੇ ਤੇ ਤੁਹਾਡੀ ਬੱਚੀ ਜਿਹੜਾ ਘਰ ਭੇਜ ਦੋਗੇ ਤਾਂ ਕਿ ਆਪਾਂ ਕੰਜਕਾਂ ਦਾ ਪੂਜਨ ਕਰ ਲਈਏ। ਗੁਸਤਾਖੀ ਵਾਲੀ ਕਾਹਦੀ ਗੱਲ ਹੈ, ਤੁਹਾਡੀ ਆਪਣੀ ਬੱਚੀ ਹੈ, ਜਦੋਂ ਮਰਜ਼ੀ ਲੈ ਜਾਓ। ਐ ਠੀਕ ਹੈ ਠੀਕ ਹੈ, ਇੱਕ ਤਕਲੀਫ ਹੋਰ ਦੇਣੀ ਸੀ ਤੁਹਾਨੂੰ। ਦੱਸੋ ਜੀ। ਅਸੀਂ ਨਾ ਦਰਅਸਲ ਅੱਜ ਕੰਜਕਾਂ 5 ਪੂਜਣੀਆਂ ਨੇ। ਮੈਂ ਰੋੜਾ ਜੀ ਕਿੰਨੇ ਘਰ ਘੁੰਮਿਆ, ਲੜਕੀ ਕਿਤੇ ਲੱਭਦੀ ਨੀ, ਹਰ ਜਗ੍ਹਾ ਜਾ ਕੇ ਪੁੱਛਦਾ ਲੜਕੀ ਹੈ ਹੀ ਨੀ। ਇਹ ਤੁਸੀਂ ਏਦਾਂ ਕਰੋ, 4 ਕੰਜਕਾਂ ਹੋਰ ਚਾਹੀਦੀਆਂ, ਕੋਈ ਇੰਤਜ਼ਾਮ ਕਰ ਦਿਓ, ਤੁਹਾਨੂੰ ਤਾਂ ਮਹੱਲੇ 'ਚ ਸਾਰੇ ਜਾਣਦੇ ਆ। ਲਓ ਜੀ ਆਪਾਂ 11 ਕੰਜਕਾਂ ਬਿਠਾ ਦਈਏ ਫੇਰ। ਚਲੋ ਚਲੋ ਚਲੋ, ਆ ਜਾਓ। ਚਿੜੀ ਉੱਠ, ਕਾਂ ਉੱਠ, ਕੋਤਾ ਉੱਠ। ਓਏ ਕੋਤਾ ਉੱਠਦਾ? ਤੁਹਾਡਾ ਕੋਤਾ ਕਿੱਦਾਂ ਉੱਠ ਗਿਆ ਜੀ? ਕੋਤਾ ਦੇ ਕਾਕੇ ਉੱਠਦਾ ਹੀ ਨਹੀਂ, ਨਹੀਂ ਉੱਠਦਾ ਨਾ। ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਰੋੜਾ ਜੀ? ਠੀਕ ਠਾਕ? ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚਾਚਾ ਜੀ, ਇਹ ਸਾਡੇ ਸ਼ਰਮਾ ਜੀ ਨੇ, ਬਿਲਕੁਲ ਘਰ ਦੇ ਸਾਹਮਣੇ ਰਹਿੰਦੇ ਆ। ਓਕੇ, ਇਹਨਾਂ ਨੂੰ ਮੈਂ ਤੁਹਾਡਾ ਮਿਲਵਾਉਣਾ ਚਾਹੁੰਦਾ ਸੀ। ਸਰਦਾਰ ਜੀ ਇੱਕ ਬੇਨਤੀ ਹੈ। ਹੁਕਮ ਕਰੋ। ਮੈਂ ਛੋਟਾ ਜਿਹਾ ਬਿਜ਼ਨਸਮੈਨ ਹਾਂ ਤੇ ਮੈਨੂੰ ਨਾ ਪੰਡਿਤ ਨੇ ਮੇਰੀ ਪੱਤਰੀ ਦੇਖ ਕੇ ਕਿਹਾ ਕਿ ਤੂੰ ਕੋਈ ਬਹੁਤ ਵੱਡੀ ਭੁੱਲ ਕਰ ਬੈਠਾ ਜਿਹਦੇ ਕਰਕੇ ਤੇਰਾ ਨਾ ਅੱਛਾ ਬਿਜ਼ਨਸ ਬੰਦ ਪਿਆ। ਸੋ ਉਹਨੇ ਮੈਨੂੰ ਦੱਸਿਆ ਕਿ ਤੁਸੀਂ ਆਪਣੇ ਘਰ ਨਾ ਕੰਜਕਾਂ ਦਾ ਪੂਜਨ ਕਰੋ, ਕੰਜਕਾਂ ਬਿਠਾਓ। ਦੇਖੋ ਸਰਦਾਰ ਜੀ ਕੈਸੀ ਗੱਲ ਹੈ, ਲੜਕੀਆਂ ਹੈ ਹੀ ਨਹੀਂ, ਪਤਾ ਨਹੀਂ ਕੀ ਗੱਲ ਹੋ ਗਈ ਹੈ। ਸੋ ਕਿਰਪਾ ਕਰੋ, ਇਹਨਾਂ ਬੱਚਿਆਂ ਨੂੰ ਤਿਆਰ ਕਰਾ ਦਿਓ ਆਪਣੀ ਵਾਈਫ ਨੂੰ ਬੁਲਾ ਕੇ। ਕਿਹੜੀ ਵਾਈਫ? ਇਹਨਾਂ ਬੱਚਿਆਂ ਦੇ ਮੰਮੀ। ਰਾਜ ਮੇਰੀ ਵਾਈਫ ਕਿੱਥੇ? ਮੇਰਾ ਤੇ ਵਿਆਹ ਹੀ ਨਹੀਂ ਹੋਇਆ। ਵਿਆਹ ਨਹੀਂ ਹੋਇਆ? ਮਤਲਬ ਇਹ ਬੱਚੀਆਂ ਫਿਰ ਕਿੱਥੋਂ? ਬੱਚੇ ਮੇਰੇ ਨੇ। ਇਹ ਕਿਸ ਤਰ੍ਹਾਂ ਹੈ, ਮੈਂ ਸਮਝਿਆ ਨਹੀਂ। ਸ਼ਰਮਾ ਜੀ, ਜਿਹੜੀ ਇਹ ਬੱਚੀ ਹੈ, ਇਹ ਮੈਨੂੰ ਅੱਜ ਤੋਂ 4 ਸਾਲ ਪਹਿਲੇ ਕੂੜੇਦਾਨ ਚੋਂ ਮਿਲੀ ਸੀ, ਔਰ ਇਹਦੇ ਨਾਲ ਜਿਹੜੀ ਬੈਠੀ ਹੈ, ਇਹ ਮੈਂ ਹਸਪਤਾਲ ਚੋਂ ਲੈ ਕੇ ਆਇਆ ਸੀ, ਕੋਈ ਇਹਨੂੰ ਲਵਾਰਸ ਛੱਡ ਗਿਆ ਸੀ। ਜਿਹੜੀ ਮੇਰੀ ਸਭ ਤੋਂ ਵੱਡੀ ਬੱਚੀ ਹੈ, ਮਨੀ। ਮਨੀ ਬੇਟੇ, ਇੱਧਰ ਆਓ ਬੱਚਾ, ਪਾਪਾ ਇੱਧਰ ਆਓ ਬੇਟੇ। ਇਹ ਤੁਹਾਡੀ ਬੱਚੀ ਹੈ ਜੀ? ਇਹ ਮੇਰੀ ਸਭ ਤੋਂ ਵੱਡੀ ਬੇਟੀ ਹੈ ਜੀ। ਸ਼ਰਮਾ ਜੀ, 14-15 ਸਾਲ ਪੁਰਾਣੀ ਗੱਲ ਹੈ, ਮੈਂ ਪਾਰਕ ਵਿੱਚ ਚੱਲ ਰਿਹਾ ਸੀ, ਮੈਂ ਕੀ ਦੇਖਦਾ ਕਿ ਇੱਕ ਭੱਦਰ ਪੁਰਸ਼ ਕਾਰ 'ਤੇ ਆਇਆ, ਉਹਨੇ ਆਪਣੀ ਕਾਰ ਰੋਕੀ ਹੈ, ਔਰ ਕਾਰ ਰੋਕ ਕੇ ਬੈਗ ਉਹਨੇ ਕੂੜੇ ਵਿੱਚ ਸੁੱਟਿਆ। ਮੈਂ ਸਮਝਿਆ ਵੀ ਸ਼ਾਇਦ ਇਨਕਮ ਟੈਕਸ ਤੋਂ ਡਰਦਾ ਕੋਈ ਆਪਣੇ ਪੈਸੇ ਸੁੱਟ ਗਿਆ। ਮੈਂ ਭੱਜ ਕੇ ਉਸ ਬੈਗ ਵੱਲ ਵਧਿਆ, ਅਤੇ ਮੈਂ ਜਦ ਜਾ ਕੇ ਬੈਗ ਖੋਲ੍ਹਿਆ, ਕੀ ਦੇਖਦਾ ਕਿ ਮਨੀ ਬੇਟੀ
ਮੇਰੇ ਤੇ ਦਿਮਾਗ ਦੀਆਂ ਲਾੜਾਂ ਸੁਣ ਹੋ ਗਈਆਂ ਉਸ ਵੇਲੇ। ਉਸ ਬੇਰਹਿਮ ਨੇ ਬ੍ਰਹਮਿਨਾ ਨੂੰ ਪੈਕ ਕੀਤਾ ਸੀ, ਇਹਦਾ ਪੈਰ ਵੀ ਮਰੋੜ ਕੇ ਵਿੱਚ ਪਾਇਆ ਹੋਇਆ ਸੀ ਔਰ ਅੱਜ ਤੱਕ ਇਹਦੇ ਪੈਰ 'ਚ ਨੁਕਸ ਹੈ। ਮੈਂ ਬੜਾ ਇਲਾਜ ਕਰਾਇਆ ਪਰ ਠੀਕ ਨਹੀਂ ਹੋਇਆ। ਸ਼ਰਮਾ ਜੀ, ਮੈਂ ਅੱਜ ਜਦੋਂ ਵੀ ਇਹਦੇ ਨਾਲ ਗੱਲ ਕਰਦਾ ਤੇ ਮੈਂ ਇਹਨੂੰ ਯਾਦ ਕਰਾਉਂਦਾ ਕਿ ਬੱਚੇ ਤੂੰ ਮੈਨੂੰ ਬੈਗ 'ਚੋਂ ਮਿਲੀ ਸੀ, ਇਹ ਮੇਰਾ ਬੱਚਾ ਮੈਨੂੰ ਇਸ ਬੈਗ 'ਚੋਂ ਮਿਲਿਆ ਸੀ, ਮੈਂ ਇਸ ਬੈਗ ਨੂੰ ਸੰਭਾਲ ਕੇ ਰੱਖਿਆ ਹੋਇਆ। ਸ਼ਰਮਾ ਜੀ, ਪਤਾ ਨਹੀਂ ਸਾਡੇ ਸਮਾਜ ਨੂੰ ਕੀ ਹੋ ਗਿਆ, ਸਾਡੇ ਸਮਾਜ ਨੂੰ ਕਦੋਂ ਅੱਗ ਲਾਊਗੀ, ਕਦੋਂ ਕਦੋਂ ਇਹਨੂੰ ਸਮਝ ਆਊਗੀ ਕਿ ਜਿਹਨਾਂ ਨਾਲ ਸਾਡਾ ਸੰਸਾਰ ਚੱਲਦਾ ਅਸੀਂ ਉਹਨਾਂ ਧੀਆਂ ਨੂੰ ਕਦੀ ਕੂੜੇ ਵਿੱਚ ਸੁੱਟਦੇ ਹਾਂ, ਕਦੀ ਅਸੀਂ ਲਵਾਰ ਛੱਡ ਕੇ ਚਲੇ ਜਾਂਦੇ ਹਾਂ। ਸ਼ਰਮਾ ਜੀ, ਮੈਨੂੰ ਨਹੀਂ ਸਮਝ ਆਈ ਕਿ ਅਸੀਂ ਪਹਿਲੇ ਆਪਣੀਆਂ ਕੰਜਕਾਂ ਬਾਹਰ ਸੁੱਟਦੇ ਹਾਂ ਤੇ ਫਿਰ ਅਸੀਂ ਆਪਣੀਆਂ ਕੰਜਕਾਂ ਲੋਕਾਂ ਦੇ ਘਰੋਂ ਜਾ ਕੇ ਲੱਭਦੇ ਹਾਂ ਤੇ ਲੋਕਾਂ ਦੇ ਘਰੋਂ ਜਾ ਕੇ ਮੰਗਦੇ ਫਿਰਦੇ ਹਾਂ। ਕੀ ਹੋਇਆ ਸ਼ਰਮਾ ਜੀ? ਸਰਦਾਰ ਜੀ, ਉਹ ਪਾਪੀ ਗੁਨਾਹਗਾਰ ਮੈਂ ਹੀ ਹਾਂ। ਸਰਦਾਰ ਜੀ, ਮੈਂ ਹੀ ਉਹ ਗੁਨਾਹਗਾਰ ਹਾਂ ਜਿਸ ਨੇ ਆਪਣੀ ਬੱਚੀ ਨੂੰ ਟੈਚੀ ਚ ਪਵਾ ਕੇ ਸੁੱਟਿਆ ਸੀ। ਮੈਂ ਕਿੱਡਾ ਪਾਪੀ ਆ, ਆਪਣੀ ਕੰਜਕ ਨੂੰ ਕੂੜੇ ਚ ਸੁੱਟ ਕੇ ਲੋਕਾਂ ਦੇ ਦਰਾਂ ਤੇ ਕੰਜਕ ਦੀ ਮੰਗ ਕਰ ਰਿਹਾ। ਮੇਰੇ ਤੋਂ ਵੱਡਾ ਪਾਪੀ ਕੋਈ ਨੀ ਸਰਦਾਰ ਜੀ, ਮੇਰੇ ਤੋਂ ਵੱਡਾ ਪਾਪੀ ਕੋਈ ਨੀ। ਸਰਦਾਰ ਜੀ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਮੇਰੀ ਕੰਜਕ ਮੈਨੂੰ ਮੋੜ ਦਿਓ, ਮੇਰੀ ਕੰਜਕ ਮੈਨੂੰ ਮੋੜ ਦਿਓ, ਮੇਰੀ ਕੰਜਕ ਮੈਨੂੰ ਮੋੜ ਦਿਓ। ਮੈਂ ਅੰਕਲ ਨਾਲ ਨਹੀਂ ਜਾਣਾ ਪਾਪਾ। ਨਹੀਂ ਬੱਚੇ, ਨਹੀਂ ਤੁਸੀਂ ਇੱਥੋਂ ਨਹੀਂ ਜਾਓ। ਪਾਪਾ, ਮੈਂ ਅੰਕਲ ਨਾਲ ਨਹੀਂ ਜਾਣਾ। ਨਹੀਂ ਬੱਚੇ, ਨਹੀਂ, ਤੁਸੀਂ ਕਿਤੇ ਨਹੀਂ ਜਾਓਗੇ, ਤੁਸੀਂ ਇੱਥੇ ਰਹੋਗੇ, ਤੁਸੀਂ ਇੱਥੇ ਰਹੋਗੇ, ਤੁਸੀਂ ਕਿਤੇ ਨਹੀਂ ਜਾਓਗੇ। ਮੈਂ ਤੇ ਸ਼ਰਮਾ ਜੀ ਬੜੀ ਮੁਸ਼ਕਿਲ ਆਪਣਾ ਪਰਿਵਾਰ ਬਣਾਇਆ ਤੇ ਮੈਂ ਇਸ ਪਰਿਵਾਰ ਨੂੰ ਤੋੜਨਾ ਨਹੀਂ ਚਾਹੁੰਦਾ। ਮੇਰੀ ਬੱਚੀ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ, ਮੇਰੀ ਬੱਚੀ ਮੈਨੂੰ ਮਾਫ ਕਰ ਦੇ, ਮਾਫ ਕਰ ਦੇ ਮੇਰੀ ਬੱਚੀ, ਮੈਨੂੰ ਮਾਫ ਕਰ ਦੇ। ਜੇ ਇਹ ਪਿਆਰ ਤੁਸੀਂ ਆਪਣੀ ਬੱਚੀ ਨੂੰ ਪਹਿਲੇ ਦਿੱਤਾ ਹੁੰਦਾ ਤੇ ਅੱਜ ਤੁਹਾਨੂੰ ਇਹ ਦਿਨ ਨਾ ਦੇਖਣਾ ਪੈਂਦਾ। ਗੁਰਬਾਣੀ ਚ ਗੁਰੂ ਸਾਹਿਬ ਵੀ ਲਿਖ ਗਏ ਨੇ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ।